समराला चौक स्थित गुरु अर्जन देव नगर में प्रॉपर्टी डीलर के घर पर आपसी रंजिश को लेकर हुई फायरिंग हमले में वे बाल बाल बच गया। वारदात को अंजाम देने के बाद आरोपी व उसका साथी फरार हो गया। जिस पर हमला हुआ उसने कहा कि उसको धमकी मिल रही थी कि उसके खिलाफ दर्ज कराए 307 के मामले को रद्द करवाया जाए, वरना वे घर में घुसकर उसे मारेगा। मगर पीड़ित ने उसकी बात मानने से इनकार कर दी। उसी बात की रंजिश रखते हुए आरोपी ने उसके घर के बाहर गोलियां चलाई। ਇਹ ਸਰ ਪਹਿਲਾਂ ਅਜੇ ਪੰਡਤ ਹੈ ਕੋਈ, ਉਹਦੇ ਨਾਲ ਪਹਿਲਾਂ ਪਰਚਾ ਚੱਲਦਾ ਸਾਡਾ, ਪਹਿਲਾਂ 307 ਦਾ ਪਰਚਾ ਕਰਾਇਆ ਹੋਇਆ ਉਹਦੇ 'ਤੇ। ਉਹ ਕੱਲ੍ਹ ਦਬਾਅ ਬਣਾਉਣ ਦੀ ਖਾਤਰ ਦੁਬਾਰਾ ਉਹਦੇ ਘਰ ਦੇ ਵਿੱਚ ਆਇਆ 12:45 ਕਿ ਮੇਰਾ ਜਿਹੜਾ ਪਰਚਾ ਤੁਸੀਂ ਕਰਾਇਆ ਹੋਇਆ ਉਹ ਕੈਂਸਲ ਕਰ ਲਓ, ਜਿਹਦੇ ਨਾਲ ਤੁਹਾਨੂੰ ਮੈਂ ਮਾਰ ਦੂੰਗਾ। ਉਸ ਉਹਨੇ ਡਰਾਉਣ ਦੇ ਖਾਤਰ ਇੱਕ ਫਾਇਰ ਵੀ ਕੀਤਾ, ਉਸ ਤੋਂ ਬਾਅਦ ਫਾਇਰ ਕਰਕੇ ਉਹ ਭੱਜ ਗਿਆ। ਹਾਂਜੀ ਫੁਟੇਜ ਵੀ ਹੋਈ ਸਰ। ਹਾਂਜੀ ਥਾਣੇ ਵੀ ਕਰਾਤਾ ਦੁਬਾਰਾ, ਫਿਰ ਉਹਨਾਂ ਨੇ ਪਰਚਾ ਕਰਤਾ 307 ਦਾ। CA ਸਟਾਫ ਤੋਂ ਵੀ ਆਏ ਸੀਗੇ, ਉਹ ਸਾਰਾ ਲੈ ਗਏ, ਉਹਨਾਂ ਨੂੰ ਰੌਂਡ ਵੀ ਦੇਤਾ ਵਾ ਜਿਹੜਾ ਚਲਾਇਆ ਸੀਗਾ ਉਹਨੇ। ਅਤੇ ਤੁਸੀਂ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਨੂੰ ਤਾਂ ਇਹੀ ਮੰਗ ਕਰਦੇ ਹਾਂ ਜੀ, ਉਹਨੂੰ ਪਕੜਿਆ ਜਾਵੇ ਘਰ ਆ ਕੇ ਜਿਹੜਾ ਹਮਲਾ ਕਰ ਰਿਹਾ ਸਾਡੇ। ਹਾਂਜੀ ਇਹੀ ਪ੍ਰਸ਼ਾਸਨ ਨੂੰ ਤਾਂ ਇਹੀ ਮੰਗ ਕਰਦੇ ਹਾਂ ਵੀ ਇਹਨੂੰ ਫੜਿਆ ਜਾਵੇ। ਹਰੇਕ ਨੂੰ ਧਮਕਾ ਰਿਹਾ, ਕੁਛ ਕਰ ਰਿਹਾ, ਜਦੋਂ ਮਰਜ਼ੀ ਦੇਖਦਾ ਪਿਸਤੌਲ ਕੱਢ ਲੈਂਦਾ ਆਪਣੀ ਗੁੰਡਾਗਰਦੀ ਨੇ ਫੜਾਈ ਹੋਈ ਆ। वही मौके पर पहुंचे जांच अधिकारी ने कहा कि उन्होंने सीसीटीवी फुटेज देखी है, उसमें अजय पंडित नाम के शख्स ने गोली चलाई है, उस पर पहले भी मामला दर्ज है। सीसीटीवी फुटेज के आधार पर मामला दर्ज कर लिया गया है और आरोपी की तलाश जारी है। और उन्होंने कहा कि आपसी रंजिश के चलते गोलियां चली हैं। 12:00 ਇਹ ਗਲੀ ਨੰਬਰ 5.5 ਗੁਰੂ ਅਰਜਨ ਦੇਵ ਨਗਰ ਦੇ ਵਿੱਚ ਕਿਸੇ ਨੇ ਗੋਲੀ ਚਲਾਈ। ਅਸੀਂ ਮੌਕੇ 'ਤੇ ਗਏ ਸੀ, ਮੈਂ ਆਪ ਸੁਮੇਰ ਡਿਊਟੀ ਅਫਸਰ ਦੇ। ਅਸੀਂ ਉੱਥੇ ਜਾ ਕੇ ਕੈਮਰੇ ਦੀ ਫੁਟੇਜ ਦੇਖੀ ਸੀ, ਉਹਦੇ ਵਿੱਚ ਇੱਕ ਅਜੇ ਪੰਡਤ ਨਾਮ ਦਾ ਜਿਹੜਾ ਵਿਅਕਤੀ ਪਹਿਲਾਂ ਵੀ ਇੱਥੇ ਮੁਕੱਦਮਾ ਦਰਜ ਕੀਤਾ ਹੋਇਆ, ਉਹਨੇ ਗੋਲੀ ਚਲਾਈ। ਉਹ CCTV ਫੁਟੇਜ ਲੈ ਕੇ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਸੀ ਜਾ ਕੇ, ਅਤੇ ਉਹਦੀ ਤਲਾਸ਼ੀ ਜਾਰੀ ਹੈ। ਉਹਦੀ ਤਫਤੀਸ਼ ਜਾਰੀ। ਅਤੇ ਸਰ ਇਹ ਪ੍ਰੋਪਰਟੀ ਡੀਲਰ ਸੀ ਬੰਦਾ? ਨਹੀਂ ਪ੍ਰੋਪਰਟੀ ਮੈਂ ਤਾਂ ਇਹਨੂੰ ਕੁਛ ਵੀ ਕਹਿ ਸਕਦਾ। ਇਹ ਗੈਂਗਵਾਰ ਨੂੰ ਲੈ ਕੇ ਹੋਈ ਹੈ ਇਹ? ਇਹਨੂੰ ਆਪਸ ਵਿੱਚ ਰੰਜਿਸ਼ ਭਾਜੀ ਪਹਿਲਾਂ। ਬਿਊਰੋ ਰਿਪੋਰਟ, ਜਨਹਿਤੇਸ਼ੀ।